ਹਾਂ ਜੀ, ਸਤਿ ਸ੍ਰੀ ਅਕਾਲ ਦੋਸਤੋ। ਦੋਸਤੋ, ਕੱਲ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀਗੀ। ਆਪਣਾ ਸਿਮਰਨ ਸੰਧੂ ਨਾਂ ਦੀ ਡਾਂਸਰ ਸੀਗੀ, ਕਿਸੇ ਵਿਆਹ ਦੇ ਪ੍ਰੋਗਰਾਮ 'ਤੇ ਉਹ ਸਟੇਜ 'ਤੇ ਡਾਂਸ ਕਰ ਰਹੀ ਸੀ, ਅਤੇ ਕੋਈ ਮੁੰਡੇ ਨੇ ਕਿਸੇ ਨੇ ਉਹਦੇ ਨਾਲ ਬਦਤਮੀਜ਼ੀ ਕੀਤੀ ਹੈ, ਜਿਹੜੀ ਉਹਦੇ ਸ਼ਰਾਬ ਦਾ ਗਲਾਸ ਜਿਹੜਾ ਉਹਨੇ ਮਾਰਿਆ ਚਲਾ ਕੇ, ਅਤੇ ਉਹਦੇ 'ਤੇ ਪੈਸੇ ਆਪਦੇ ਹੈਂਕਰ ਦੇ ਵਿੱਚ, ਉਹਨੇ ਹੰਕਾਰ ਦੇ ਵਿੱਚ ਉਹਦੇ 'ਤੇ ਪੈਸੇ ਵੀ ਸਿੱਟੇ, ਅਤੇ ਅੱਗੋਂ ਕੁੜੀ ਨੇ ਉਹਨੂੰ ਫਿਰ ਗਾਲਾਂ ਕੱਢੀਆਂ ਸੀਗੀਆਂ। ਤੇ ਉਹ ਕੁੜੀ ਨੇ ਗਾਲਾਂ ਜਿਹੜੀਆਂ ਕੱਢੀਆਂ, ਉਹ ਕੱਢਣ ਦਾ ਕਾਰਨ ਸੀਗਾ ਕਿ ਉਹਨੂੰ ਕਹਿ ਰਿਹਾ ਸੀਗਾ ਕਿ ਸਟੇਜ ਤੋਂ ਤੂੰ ਥੱਲੇ ਆ ਕੇ ਮੇਰੇ ਨਾਲ ਨੱਚ। ਤੇ ਉਹ ਪਤਾ ਲੱਗਿਆ ਵੀ ਉਹ ਜਿਹੜੀ ਕਤੀੜ ਆ, ਵੀ ਉਹ ਚਵਲ ਕਿਸਮ ਦੀ ਜਿਹੜੀ ਨਸਲ ਆ, ਉਹ ਪੁਲਿਸ ਵਾਲਾ ਹੀ ਨਿਕਲਿਆ। ਉਹ ਵੀ ਉਹ ਪੁਲਿਸ ਵਾਲਿਆਂ ਦਾ ਬੰਦਾ ਸੀਗਾ, ਪੁਲਿਸ ਮੁਲਾਜ਼ਮ ਸੀਗਾ, ਤੇ ਅੱਜ ਪੁਲਿਸ ਨੇ ਉਹਦੇ 'ਤੇ ਕਾਰਵਾਈ ਕਰਤੀ ਆ, ਮਤਲਬ ਉਹ 'ਤੇ ਪਰਚਾ ਦਰਜ ਕਰਤਾ ਵਾ। ਤੇ ਚਲੋ, ਅਸੀਂ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਵੀ ਪੁਲਿਸ ਵਾਲੇ ਨੇ ਪਰਚਾ ਕੱਟਿਆ, ਵੀ ਬਹੁਤ ਵਧੀਆ ਕੰਮ ਕੀਤਾ। ਇਹੋ ਜਿਹੀਆਂ ਝੂਠਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ। ਵੀ ਚਲੋ, ਭਾਵੇਂ ਜਦੋਂ ਪਤਾ ਲੱਗਿਆ ਵੀ ਉਹ ਵੀਡੀਓ ਵਾਇਰਲ ਹੋ ਗਈ ਜਦੋਂ, ਅਤੇ ਲੋਕਾਂ ਨੇ ਥੱਲੇ ਉਹਨੂੰ ਲਾਹਨਤਾਂ ਪਾਈਆਂ, ਗਾਲਾਂ ਕੱਢੀਆਂ ਵੀ ਇਹ ਕਤੀੜ, ਇਹ ਨੇ ਇਹੋ ਜਿਹਾ ਕੰਮ ਕੀਤਾ ਅਤੇ ਕੀਤਾ ਕਿਉਂ, ਅਤੇ ਚਾਹੇ ਲੋਕਾਂ ਦੇ ਦਬਾਅ ਹੇਠ ਆ ਕੇ ਪੁਲਿਸ ਨੇ ਪਰਚਾ ਦਰਜ ਕੀਤਾ, ਅਤੇ ਚਲੋ ਪਰਚਾ ਦਰਜ ਕੀਤਾ, ਅਸੀਂ ਉਹਦੀ ਸ਼ਲਾਘਾ ਕਰਦੇ ਹਾਂ। ਬਹੁਤ ਵਧੀਆ ਕੰਮ ਕੀਤਾ ਵੀ ਇਹੋ ਜਿਹੇ ਜਿਹੜੇ ਕਤੀੜਾ ਵਾ, ਇਹਨਾਂ ਨੂੰ ਨੱਥ ਇਸੇ ਤਰ੍ਹਾਂ ਹੀ ਪੈਣੀ ਚਾਹੀਦੀ ਆ। ਵੀ ਜੇ ਕੋਈ ਵੀ ਆਪਦਾ ਕਿੱਤਾ ਕਰਦਾ ਤਾਂ ਤੁਸੀਂ ਉਹਦੀ ਮਜਬੂਰੀ ਦਾ ਫਾਇਦਾ ਚੱਕਦੇ ਆ, ਤੁਸੀਂ ਸਮਝ ਲੈਂਦੇ ਆ ਵੀ ਸਾਰੇ ਲੋਕ ਇੱਕੋ ਜਿਹੇ ਆ, ਵੀ ਜਿਹੋ ਜਿਹੇ ਅਸੀਂ ਆ ਸਾਰੇ ਹੀ, ਜਿਹੋ ਜਿਹੀ ਮਾਨਸਿਕਤਾ ਸਾਡੀ ਆ, ਵੀ ਸਾਰਿਆਂ ਦੀ ਇਹੋ ਜਿਹੀ ਹੋਊਗੀ। ਵੀ ਜਿਹੜੇ ਸ਼ਾਇਦ ਇਹ ਵਿਚਾਰੀਆਂ ਡਾਂਸ ਕਰ ਰਹੀਆਂ ਵਾ, ਵੀ ਇਹ ਤਾਂ ਮਜਬੂਰੀ, ਇਹਨਾਂ ਨੂੰ ਅਸੀਂ ਜਿਵੇਂ ਮਰਜ਼ੀ ਨਚਾਈਏ ਅਤੇ ਜੋ ਮਰਜ਼ੀ ਕਰੀਏ, ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਗੇ। ਚਲੋ, ਇਹੋ ਜਿਹੇ ਲੋਕ ਜਿਹੜੇ ਘਟੀਆ ਮਾਨਸਿਕਤਾ ਦੇ, ਹੁਣ ਇਹ ਤਾਂ ਚਲੋ ਆਪਾਂ ਕਹਿ ਦਿੰਦੇ ਵੀ ਡਾਂਸਰ ਆ, ਕਈ ਕਹਿ ਦਿੰਦੇ ਵੀ ਡਾਂਸਰਾਂ ਦਾ ਵੀ ਜੇ ਉਹਨੇ ਇਹੋ ਜਿਹਾ ਕੰਮ ਕਰ ਲਿਆ ਤੇ ਫਿਰ ਕਿੱਡੀ ਕਾਖਰ ਆ ਗਈ ਆ। ਤੇ ਜਿਹੜੇ ਆਪਾਂ ਦੇਖਦੇ ਵੀ ਤਿੰਨਾਂ ਤਿੰਨਾਂ ਸਾਢੇ ਤਿੰਨਾਂ ਤਿੰਨਾਂ ਸਾਲਾਂ ਦੀਆਂ ਕੁੜੀਆਂ ਦੇ ਨਾਲ ਜਿਹੜੇ ਛੋਟੀਆਂ ਛੋਟੀਆਂ ਦੇ ਨਾਲ ਬਲਾਤਕਾਰ ਕਰ ਦਿੰਦੇ ਆ, ਤੇ ਉਹ ਕਿਹੜਾ ਵਿਚਾਰੀਆਂ ਡਾਂਸਰਾਂ ਹੁੰਦੀਆਂ? ਉਹਨਾਂ ਨੂੰ ਤਾਂ ਹਜੇ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਕੱਪੜੇ ਕਿਹੋ ਜਿਹੇ ਪਾਏ ਆ, ਸਾਡੇ ਨੀਕਰ ਪਾਈ ਆ ਜਾਂ ਨਹੀਂ ਪਾਈ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ। ਤੇ ਉਹ ਚਵਲਾਂ ਉਹ ਜਿਹੜੀਆਂ ਬਲਾਤਕਾਰ ਕਰਦੀਆਂ ਵਾ, ਤੇ ਉਹ ਇਸ ਕਿਸਮ ਦੀਆਂ ਹੁੰਦੀਆਂ ਵਾ ਜਿਹੜੇ ਆ ਲੋਕ ਇਹ ਕੰਮ ਕਰਦੇ ਆ, ਜਿਹਨਾਂ ਦੀ ਮਾਨਸਿਕਤਾ ਇਹੋ ਜਿਹੀ ਹੁੰਦੀ ਆ। ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਉਹ ਕਿਸੇ ਨੂੰ ਨਹੀਂ ਬਖਸ਼ਦੇਗੇ, ਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਇਹੋ ਜਿਹੇ ਲੋਕਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਅਸੀਂ ਤਾਂ ਉਹਨੂੰ ਕੁੜੀ ਨੂੰ ਵੀ ਆਣੇ ਆ ਵੀ ਤੂੰ ਆਪਦਾ ਕਾਇਮ ਰਹਿ, ਹੁਣ ਲੋਕ ਤੇਰੇ ਨਾਲ ਆ, ਤੇ ਜਿੰਨਾ ਚਿਰ ਇਸ ਬੰਦੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਨਹੀਂ ਮਿਲਦੀ, ਉਹਨਾਂ ਚਿਰ ਤੂੰ ਇਹਦਾ ਖਹਿੜਾ ਨਹੀਂ ਛੱਡਣਾ, ਤਾਂ ਕਿ ਅੱਗੇ ਤੋਂ ਆਉਣ ਵਾਲੇ ਜਿਹੜੇ ਇਹੋ ਜਿਹੇ ਗਾਂਹ ਵੀ ਕਿਸੇ ਨੂੰ ਕੰਨ ਹੋ ਜਾਣ। ਦੂਜੀ ਗੱਲ ਆ ਵੀ ਕੁੜੀਆਂ ਜਿਹੜੀਆਂ ਹਜੇ, ਉਹ ਕੱਲ੍ਹ ਵੀ ਕੁੜੀ ਕਹਿ ਰਹੀ ਸੀ ਕਿ ਡਰਦੀਆਂ ਕੁੜੀਆਂ ਜਿਹੜੀਆਂ ਉਹ ਬੋਲਦੀਆਂ ਨੀਗੀਆਂ ਕੁੜੀਆਂ ਨਾਲ ਜਿਹੜੀਆਂ ਇਹੋ ਡਾਂਸਰਾਂ ਵਾ, ਜਾਂ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਹਰੇਕ ਕਿੱਤੇ ਦੇ ਵਿੱਚ ਚਵਲਾਂ ਹੁੰਦੀਆਂ ਵਾ, ਤੇ ਪਰ ਜਿਹੜੀਆਂ ਹਜੇ ਵੀ ਡਰ ਰਹੀਆਂ ਕੁੜੀਆਂ ਬੋਲਦੀਆਂ ਨੀਗੀਆਂ, ਤੇ ਉਹ ਇਹਦੇ ਵੱਲ ਵੇਖ ਕੇ ਉਹ ਵੀ ਆਪਦੀ ਗੱਲਬਾਤ ਬਾਹਰ ਰੱਖਣ ਲੋਕਾਂ ਦੇ ਵਿੱਚ, ਜਾਂ ਜਿਹੜੇ ਇਹ ਗਰੁੱਪ ਇਹਨਾਂ ਨੂੰ ਲੈ ਕੇ ਜਾਂਦੇ ਆ, ਉਹਨਾਂ ਦੀ ਜ਼ਿੰਮੇਵਾਰੀ ਹੋਵੇ ਵੀ ਸਾਡੇ ਨਾਲ ਕੋਈ ਇਹੋ ਜਿਹੀ ਚਵਲ ਗਲਤ ਕੰਮ ਨਾ ਕਰੇ, ਗਲਤ ਗੱਲ ਨਾ ਕਰੇ। ਇਹ ਸਾਰਿਆਂ ਨੂੰ ਵੱਧ ਤੋਂ ਵੱਧ ਕੁੜੀਆਂ ਨੂੰ ਵੀ ਬੋਲਣਾ ਚਾਹੀਦਾ ਵਾ, ਜਿਹੜਾ ਅੰਦਰੇ ਅੰਦਰ ਵੜ ਕੇ ਸਹੀ ਜਾਂਦੀਆਂ ਵਾ। ਹੁਣ ਇਹਨੂੰ ਕਹਿ ਰਹੇ, ਕਈ ਲੋਕ ਕਮੈਂਟ ਕਰਕੇ ਕਹਿ ਰਹੇ ਆ
ਵੀ ਲੈ ਇਹ ਤਾਂ ਇਹਦੇ ਤਾਂ ਅੰਦਰ ਕੋਈ ਡਰ ਹੈ ਨਹੀਂ ਗਾ, ਇਹ ਤਾਂ ਵੇਖੋ ਕਿਵੇਂ ਨਿਡਰ ਹੋ ਕੇ ਬੋਲ ਰਹੀ ਆ, ਇਹਨੂੰ ਤਾਂ ਕੋਈ ਪਰਵਾਹ ਹੀ ਨਹੀਂ ਹੈਗੀ ਗੀ। ਤੇ ਹੁਣ ਜਿਹੜੀ ਨਿਡਰ ਨੇ ਆਪਦੀ ਗੱਲਬਾਤ ਸਾਰੀ ਦੱਸੀ, ਆਪਦੇ ਜੋ ਉਹਦੇ ਨਾਲ ਜ਼ੁਲਮ ਹੋਇਆ ਉਹ ਦੱਸਤਾ, ਤੇ ਉਹ ਮਾੜੀ ਹੋ ਗਈ ਜਿਹੜੀ ਬੋਲ ਪੈਂਦੀ ਆ, ਜਿਹੜੀ ਕੋਈ ਲੋਕਾਂ ਦੇ ਵਿੱਚ ਗੱਲ ਰੱਖਦੀ ਆ ਉਹਨੂੰ ਕਹਿ ਦਿੰਦੇ ਵੀ ਇਹ ਮਾੜੀ ਆ, ਤੇ ਜਿਹੜੀ ਅੰਦਰ ਬਹਿ ਕੇ ਰੋ ਕੇ ਸਾਰਾ ਕੁਝ ਸਹੀ ਜਾਵੇ, ਜੋ ਬਾਹਰ ਗੱਲ ਬਣਾ ਦੱਸੇ ਤੇ ਉਹਨੂੰ ਆਪਾਂ ਕਹਿ ਦਿਆਂਗੇ ਸਹੀ ਆ। ਸਗੋਂ ਵੱਧ ਤੋਂ ਵੱਧ ਕੁੜੀਆਂ ਨੂੰ ਇਸੇ ਤਰ੍ਹਾਂ ਹੀ ਬੋਲਣਾ ਚਾਹੀਦਾ ਜਿਵੇਂ ਉਹਨੇ ਆਪਦੀ ਸਾਰੀ ਗੱਲਬਾਤ ਰੱਖੀ ਹੈ ਨਾ, ਵੀ ਮੇਰੇ ਨਾਲ ਆਇਆ ਕਰ ਰਿਹਾ ਤੇ ਆਇਆ ਹੋਇਆ ਮੇਰੇ ਨਾਲ। ਇਸੇ ਤਰ੍ਹਾਂ ਦੂਜੀਆਂ ਕੁੜੀਆਂ ਨੂੰ ਵੀ ਵੱਧ ਤੋਂ ਵੱਧ ਬੋਲਣਾ ਚਾਹੀਦਾ, ਚਾਹੇ ਉਹ ਕਿਸੇ ਵੀ ਆਪਣੇ ਖਿੱਤੇ ਦੇ ਵਿੱਚ ਕੰਮ ਕਰ ਰਹੀਆਂ ਵਾ, ਕੋਈ ਵੀ ਕਾਰੋਬਾਰ ਕਰਦੀਆਂ ਵਾ, ਉਹ ਇਸੇ ਤਰ੍ਹਾਂ ਹੀ ਨਿਡਰ ਹੋ ਕੇ ਬੋਲਣਾ ਚਾਹੀਦਾ ਜਿਵੇਂ ਇਸ ਕੁੜੀ ਨੇ ਮਤਲਬ ਸਾਰੀ ਗੱਲਬਾਤ ਰੱਖੀ ਆ। ਤੇ ਅਸੀਂ ਇਸ ਕੁੜੀ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ, ਬਹੁਤ ਵਧੀਆ ਕੀਤਾ ਤੂੰ ਸਿਮਰਨ ਸੰਧੂ, ਤੂੰ ਵਾਕਈ ਮਤਲਬ ਦੱਸਤਾ ਵਾ ਵੀ ਸਾਰੇ ਲੋਕਾਂ ਨੂੰ ਜਿਹੜੇ ਕਿੱਤੇ ਨਾਲ ਵੇਖ ਕੇ ਨਹੀਂ ਜੋੜਨਾ ਚਾਹੀਦਾ, ਵੀ ਜੇ ਜਿਹੋ ਜਿਹਾ ਇਹਦਾ ਕਿੱਤਾ ਵਾ ਤੇ ਸ਼ਾਇਦ ਵੀ ਉਹੋ ਜਿਹਾ ਹੀ ਇਹ ਹੋਊਗਾ, ਵੀ ਇਹ ਤੂੰ ਸਾਬਤ ਕਰਤਾ ਵੀ ਜਿਹੜੀ ਇੱਜ਼ਤ ਹੁੰਦੀ ਆ ਨਾ ਉਹ ਸਭ ਤੋਂ ਜ਼ਰੂਰੀ ਹੁੰਦੀ ਆ, ਤੇ ਇਹੋ ਜਿਹੀਆਂ ਚੌਲਾਂ ਨੂੰ ਇਸੇ ਤਰ੍ਹਾਂ ਹੀ ਨੱਥ ਪੈਣੀ ਚਾਹੀਦੀ ਆ। ਵੱਧ ਤੋਂ ਵੱਧ ਕਿਤੇ ਵੀ ਕੋਈ ਵੀ ਪ੍ਰੋਗਰਾਮ ਹੁੰਦਾ, ਪਹਿਲੀ ਤਾਂ ਗੱਲ ਜਿਹੜੇ ਉੱਥੇ ਲੋਕ ਖੜੇ ਸੀਗੇ ਜਿਹੜੇ ਤਮਾਸ਼ਾ ਦੇਖ ਰਹੇ ਸੀ ਕੋਲੇ ਮਰੀਆਂ ਜ਼ਮੀਰਾਂ ਵਾਲੇ, ਉਹਨਾਂ ਨੂੰ ਇਹਦੇ ਛਤਰ ਫੇਰਨੇ ਚਾਹੀਦੇ ਸੀਗੇ ਵੀ ਜਿਹੜੀ ਇਹੋ ਜਿਹੀ ਕਤੀੜ, ਉਦੋਂ ਤਾਂ ਇਹੋ ਜਿਹੇ ਵਿਆਹ ਤੇ ਭੂਏ ਹੋਏ ਹੁੰਦੇ ਆ ਲਾ ਕੇ ਦੋ ਦੋ ਪੈਗ, ਤੇ ਇਹਨਾਂ ਨੂੰ ਰੱਬ ਯਾਦ ਨਹੀਂ ਹੁੰਦਾ, ਇਹ ਨਹੀਂ ਪਤਾ ਵੀ ਸਾਡੇ ਵੀ ਧੀਆਂ ਭੈਣਾਂ ਹੈਗੀਆਂ, ਵੀ ਅਸੀਂ ਵੀ ਧੀਆਂ ਭੈਣਾਂ ਵਾਲੇ ਹੈਗੇ, ਪਰ ਇਹਨਾਂ ਕਤੀੜਾਂ ਨੂੰ ਕੀ ਪਤਾ, ਵੀ ਕੰਮ ਸੇ ਕੰਮ ਵਧੇ ਨੂੰ ਇਹ ਤਾਂ ਸੋਚਣਾ ਚਾਹੀਦਾ ਨਾ ਵੀ ਜੇ ਮੇਰੇ ਭੈਣ ਹੈ ਨੀ ਜਾਂ ਧੀ ਹੈ ਨੀ ਤੇ ਮੇਰੇ ਮਾਂ ਤਾਂ ਹੈਗੀ ਹੈ ਨਾ, ਇਹ ਤਾਂ ਸੋਚਣਾ ਚਾਹੀਦਾ ਨਾ। ਤੇ ਇਹ ਲੋਕ ਬਸ਼ਰਮ ਟੈਪ ਦੇ ਜਿਹੜੇ ਬਲਾਤਕਾਰ ਵੀ ਹੁੰਦੇ ਆ ਉਹ ਇਹੋ ਜਿਹੀਆਂ ਕਤੀੜਾਂ ਕਰਕੇ ਹੁੰਦੇ ਆ। ਸੋ ਪੁਲਿਸ ਨੇ ਜਿਹੜਾ ਅੱਜ ਪਰਚਾ ਕੀਤਾ ਬਹੁਤ ਵਧੀਆ ਕੀਤਾ, ਬਹੁਤ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਚਲੋ ਇਹੋ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਜਿਹੜੇ ਚੰਗੇ ਬੰਦੇ ਆ ਉਹਨਾਂ ਦਾ ਵੀ ਨਾਂ ਬਦਨਾਮ ਕਰਦੇ ਆ, ਆਪਾਂ ਇਹ ਨਹੀਂ ਆਏ ਵੀ ਸਾਰੀ ਪੁਲਿਸ ਮਾੜੀ ਆ, ਪੁਲਿਸ ਦੇ ਵਿੱਚ ਬਹੁਤ ਵਧੀਆ ਬੰਦੇ ਆ ਜਿਹੜੇ ਚੰਗੀਆਂ ਜਾਗਦੀਆਂ ਜ਼ਮੀਰਾਂ ਵਾਲੇ ਬੰਦੇ ਵੀ ਹੈਗੇ ਆ, ਤੇ ਪਰ ਇਹੋ ਜਿਹੀਆਂ ਕਤੀੜਾਂ ਜਿਹੜੀਆਂ ਘਟੀਆ ਹਰਕਤਾਂ ਕਰਦੀਆਂ ਇਹ ਸਾਰਿਆਂ ਨੂੰ ਬਦਨਾਮ ਕਰ ਦਿੰਦੀਆਂ। ਸੋ ਅਸੀਂ ਫੇਰ ਮੈਂ ਇਹ ਆ ਨਾ ਵਾਰ ਵਾਰ ਵੀ ਕੁੜੀ ਨੇ ਬਹੁਤ ਵਧੀਆ ਕੀਤਾ, ਕੁੜੀ ਜਾਂ ਇਹੋ ਜਿਹੀਆਂ ਕੁੜੀਆਂ ਦਾ ਸਾਨੂੰ ਵੱਧ ਤੋਂ ਵੱਧ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ, ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਵਾ। ਕੋਈ ਵੀ ਕਿਸੇ ਕੁੜੀ ਦੇ ਨਾਲ ਬਦਤਮੀਜ਼ੀ ਕਰਦਾ, ਗਲਤ ਕੰਮ ਕਰਦਾ, ਗਲਤ ਹਰਕਤ ਕਰਦਾ ਵਾ, ਖਾਸ ਕਰਕੇ ਜਿਵੇਂ ਹੁਣ ਇਹ ਮਤਲਬ ਹੋਇਆ ਵਾ, ਤੇ ਇਹਨਾਂ ਨੂੰ ਕਿਤੇ ਨਹੀਂ ਬਖਸ਼ਣਾ ਚਾਹੀਦਾ। ਸੋ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲਾਹਨਤਾਂ ਪਵਾ ਕੇ ਤੇ ਇਹਦੇ ਚਵਲ ਤੇ ਪਰਚਾ ਕਰਾਇਆ ਜਿਹਨੇ ਇਹ ਹਰਕਤ ਕੀਤੀ ਆ। ਸਤਿ ਸ੍ਰੀ ਅਕਾਲ ਜੀ।